ਰਸੋਈ ਦਾ ਐਕਸੀਡੈਂਟ ਹੋ ਗਿਆ, ਤੂੰ ਮੇਰਾ ਇਹ ਕੰਮ ਕਰ ਦੇਣਾ, ਨਹੀਂ ਤੈਨੂੰ 40 ਖੰਡ ਪਾਠਾਂ ਜਿੰਨਾ ਪੁੰਨ ਲੱਗੇ। ਨੀ ਪਾਨੂ, ਨੀ ਭੈਣ ਬਣ ਕੇ ਤੂੰ ਹੀ ਕਰ ਸਕਦੀ ਹੈ ਇਹ ਕੰਮ, ਤਾਂ ਮੈਨੂੰ ਝੂਠੀ ਮੁੱਠੀ ਕੁੱਟਣਾ। ਉਹ ਜਿਹੜੇ ਕੈਨੇਡਾ ਤੋਂ ਆਉਂਦੇ ਨੇ ਉਹਨਾਂ ਤਾਂ ਅੱਡੀਆਂ ਟੇਚੀਆਂ ਹੁੰਦੀਆਂ ਨੇ, ਥੱਲੋਂ ਤੋਂ ਲੱਦੇ ਹੁੰਦੇ ਨੇ। ਮੈਂ ਸ਼ਾਰਟ ਕੱਪੜੇ ਪਾਉਂਦੀ ਆ ਨਾ, ਤਾਂ ਮਹੀਨੇ ਦੇ ਟੈਚੇ ਚ ਆ ਜਾਂਦੇ ਨੇ ਤੇ ਹਫਤੇ ਦੇ ਪਰਸ ਚ। ਮੈਂ ਤਾਂ ਬਸ ਕਹਿਤਾ ਕਿ ਜੱਟ ਵਰਗਾ ਬੰਦਾ ਪੂਰੀ ਦੁਨੀਆ ਤੇ ਨਹੀਂ। ਜੱਟ ਜਿਹਾ ਬੰਦਾ ਪੂਰੀ ਦੁਨੀਆ ਤੇ ਨਹੀਂ, ਮੈਂ ਕਿਹਾ ਜੱਟ ਜਿਹਾ ਬੰਦਾ ਪੂਰੀ ਦੁਨੀਆ ਤੇ ਨਹੀਂ।